ਸਾਨੂੰ ਨਿਰਾਸ਼ਾ ਸੀ ਕਿ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਟਿਕਟ ਨਹੀਂ ਮਿਲੀ, ਪਰ ਮੈਂ ਹੁਣ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਅਨੀਤਾ ਸੋਮ ਪ੍ਰਕਾਸ਼ ਹੀ ਖੜੀ ਆ, ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ, ਉਹਨਾਂ ਦਾ ਹੀ ਮਾਨ ਬਣਾ ਵਧਾਉਣਾ ਆ। ਔਰ ਇੱਕ ਜਿੱਤ ਦਾ ਦਾਅਵਾ ਇਹ ਸ਼ਹਿਰ ਮੇਰੇ ਨਾਲ ਕਰੇ ਕਿ ਜਿੱਦਾਂ ਅਸੀਂ ਪਹਿਲਾਂ ਕਮਲ ਦੇ ਫੁੱਲ ਨੂੰ ਵੋਟਾਂ ਪਾਉਂਦੇ ਸੀ, ਇਸ ਵਾਰੀ ਵੀ ਇਹ ਸਾਰਾ ਮਨਾਂ 'ਚੋਂ ਸ਼ੰਕਾ ਕੱਢ ਕੇ ਕਮਲ ਦੇ ਫੁੱਲ ਨੂੰ ਹੀ ਫੇਰ ਜਿਤਾਉਣਾ ਆ। ਮੈਨੂੰ ਜੋ ਮਰਜ਼ੀ ਕਹਿਣ, ਸੋਮ ਪ੍ਰਕਾਸ਼ ਜੀ ਨੂੰ ਜੋ ਮਰਜ਼ੀ ਕਹਿਣ, ਅਸੀਂ ਅੱਜ ਤੱਕ ਨਹੀਂ ਬੋਲੇ, ਪਰ ਜੇ ਜਿਹੜਾ ਮੇਰੇ ਵਰਕਰਾਂ 'ਤੇ ਉਂਗਲੀ ਚੱਕੂਗਾ ਉਹ ਮੈਂ ਬਰਦਾਸ਼ਤ ਨਹੀਂ ਕਰੂੰਗੀ। ਅੱਗੇ ਤੋਂ ਜਿਹੜੇ 2 ਦਿਨ ਰਹਿ ਗਏ ਆ ਉਹ ਸੋਚ ਸਮਝ ਕੇ ਬੋਲਣ, ਨਹੀਂ ਤਾਂ ਜੇ ਫਗਵਾੜਾ ਦੀਆਂ ਲੇਡੀਜ਼ ਸੜਕਾਂ 'ਤੇ ਆ ਗਈਆਂ ਤਾਂ ਇਹਨਾਂ ਨੂੰ ਪਹਿਲਾਂ ਹੀ ਭਾਜੜਾ ਪੈ ਜੂਗੀਆਂ। ਕੱਲ੍ਹ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਸਾਰੀਆਂ ਔਰਤਾਂ ਸੜਕ 'ਤੇ ਹੋਊਗੀਆਂ, ਇਹ ਪ੍ਰਸ਼ਾਸਨ ਨੂੰ ਭਾਜੜਾ ਪਊਗੀਆਂ, ਉਹਨਾਂ ਨੂੰ ਸੰਭਾਲਣਾ ਔਖਾ ਹੋ ਜੂਗਾ ਜਦੋਂ ਸਾਡੀਆਂ ਮਹਿਲਾਵਾਂ ਸੜਕਾਂ 'ਤੇ ਉਤਰ ਆਈਆਂ। ਅੱਜ ਫਗਵਾੜਾ ਦੇ ਵਿੱਚ ਬਹੁਤ ਵੱਡਾ ਰੋਡ ਸ਼ੋਅ ਸਨੀ ਦਿਓਲ ਵੱਲੋਂ ਕੀਤਾ ਗਿਆ, ਪਰ ਉਸ ਤੋਂ ਕੱਲ੍ਹ ਜਿਹੜਾ ਕਿ ਭਾਜਪਾ ਦੇ ਵਿੱਚ ਜਾਣ ਨਹੀਂ ਸੀ, ਭਾਜਪਾ ਦਾ ਗ੍ਰਾਫ ਥੱਲੇ ਆਉਂਦਾ ਸੀ, ਪਰ ਜਦੋਂ ਤੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਮਹਿਲਾਵਾਂ ਦਾ ਇੰਚਾਰਜ ਸਾਂਭਿਆ, ਆਪ ਸੜਕਾਂ 'ਤੇ ਉਤਰੇ ਆ, ਵਾਰਡਾਂ ਵਿੱਚ ਗਏ ਤਾਂ ਬੜਾ ਵੱਡਾ ਜੋਸ਼ ਆਇਆ। ਇੱਥੋਂ ਦੀਆਂ CID ਰਿਪੋਰਟਾਂ ਨੇ ਵੀ ਇਹ ਘੋਸ਼ਿਤ ਕਰ ਦਿੱਤਾ ਜਿਹੜੀ ਭਾਜਪਾ ਥੱਲੇ ਸੀ ਉਹ ਕਾਂਗਰਸ ਦੇ ਬਰਾਬਰ ਚੱਲ ਰਹੀ ਆ। ਮੈਡਮ, ਕਿਹੋ ਜਿਹਾ ਰਿਸਪੋਂਸ? ਅੱਜ ਬਹੁਤ ਵੱਡਾ ਰੋਡ ਸ਼ੋਅ ਸੀ, ਕੱਲ੍ਹ ਵੀ ਤੁਸੀਂ ਮਹਿਲਾਵਾਂ ਦੇ ਨਾਲ ਮਿਲ ਕੇ ਡੋਰ ਟੂ ਡੋਰ ਵੀ ਕਰ ਰਹੇ ਹੋ, ਵਾਰਡਾਂ ਵਿੱਚ ਜਾ ਰਹੇ ਹੋ, ਕਿਹੋ ਜਿਹਾ ਰਿਸਪੋਂਸ ਮਿਲ ਰਿਹਾ? ਦੇਖੋ, ਬਹੁਤ ਅੱਛਾ ਰਿਸਪੋਂਸ ਹੈ ਫਗਵਾੜਾ ਵਾਸੀਆਂ ਦਾ। ਉਹਨਾਂ ਨੇ 3 ਵਾਰੀ ਪਹਿਲਾਂ ਸੋਮ ਪ੍ਰਕਾਸ਼ ਜੀ ਨੂੰ ਮਾਣ ਬਖਸ਼ਿਆ, 4ਵੀਂ ਵਾਰੀ ਹੁਣ ਵੀ ਸੋਮ ਪ੍ਰਕਾਸ਼ ਜੀ ਆ ਜੀ। ਮੈਂ ਇੱਕ ਗੱਲ ਆਪਣੇ ਸ਼ਹਿਰ ਵਾਸੀਆਂ ਨੂੰ ਕਹਿਣੀ ਚਾਹੁੰਦੀ ਹਾਂ ਜੋ ਮੈਂ ਅੱਜ ਤੱਕ ਨਹੀਂ ਕਹੀ ਸੀ। ਬਹੁਤ ਲੋਕਾਂ ਨੂੰ ਨਿਰਾਸ਼ਾ ਸੀ ਕਿ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਟਿਕਟ ਨਹੀਂ ਮਿਲੀ, ਪਰ ਮੈਂ ਹੁਣ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਅਨੀਤਾ ਸੋਮ ਪ੍ਰਕਾਸ਼ ਹੀ ਖੜੀ ਆ, ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ, ਉਹਨਾਂ ਦਾ ਹੀ ਮਾਨ ਬਣਾ ਵਧਾਉਣਾ ਆ। ਔਰ ਇੱਕ ਜਿੱਤ ਦਾ ਦਾਅਵਾ ਇਹ ਸ਼ਹਿਰ ਮੇਰੇ ਨਾਲ ਕਰੇ ਕਿ ਜਿੱਦਾਂ ਅਸੀਂ ਪਹਿਲਾਂ ਕਮਲ ਦੇ ਫੁੱਲ ਨੂੰ ਵੋਟਾਂ ਪਾਉਂਦੇ ਸੀ, ਇਸ ਵਾਰੀ ਵੀ ਇਹ ਸਾਰਾ ਮਨਾਂ 'ਚੋਂ ਸ਼ੰਕਾ ਕੱਢ ਕੇ ਕਮਲ ਦੇ ਫੁੱਲ ਨੂੰ ਹੀ ਫੇਰ ਜਿਤਾਉਣਾ ਆ। 21 ਤਰੀਕ ਨੂੰ ਇੱਕ ਇੱਕ ਵੋਟ ਕਮਲ ਦੇ ਫੁੱਲ 'ਤੇ ਪਾ ਕੇ ਬਾਘਾ ਜੀ ਦਾ ਮਾਣ ਵਧਾਉਣਾ ਆ, ਸੋਮ ਪ੍ਰਕਾਸ਼ ਜੀ ਦਾ ਮਾਣ ਵਧਾਉਣਾ, ਅਨੀਤਾ ਸੋਮ ਪ੍ਰਕਾਸ਼ ਜੀ ਦਾ ਮਾਣ ਵਧਾਉਣਾ ਹੈ। ਸ਼ਹਿਰ ਵਾਸੀਆਂ ਨੇ, ਮੈਨੂੰ ਇਸ ਸ਼ਹਿਰ 'ਤੇ ਫਖਰ ਹੈ, ਸ਼ਹਿਰ ਵਾਸੀਆਂ 'ਤੇ ਫਖਰ ਹੈ ਕਿ ਉਹ ਸੋਮ ਪ੍ਰਕਾਸ਼ ਜੀ ਦੀ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਕਰਦੇ, ਉਹਨਾਂ ਨੂੰ ਹਰ ਵਾਰੀ ਮਾਣ ਦਿੰਦੇ ਆ, ਔਰ ਇਸ ਵਾਰੀ ਵੀ ਉਹਨਾਂ ਦੀ ਇਮਾਨਦਾਰੀ ਨੂੰ ਹੀ ਮਾਣ ਦੇਣਾ ਆ। ਵਿਰੋਧੀ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ, ਜਿੰਨੇ ਮਰਜ਼ੀ ਲੇਡੀਜ਼ ਦੇ ਮੇਰੇ ਵਰਕਰਾਂ 'ਤੇ ਜਿੰਨਾ ਮਰਜ਼ੀ ਉਹਨਾਂ ਦਾ ਅਪਮਾਨ ਕਰ ਲੈਣ, ਪਰ ਅਸੀਂ ਇਹ ਝੱਲਾਂਗੇ ਨਹੀਂ, ਔਰ ਉਹਦਾ ਜਵਾਬ ਦੇਵਾਂਗੇ। ਹੁਣ ਜੇ ਲੇਡੀਜ਼ ਨੂੰ ਉਹ ਇੰਨਾ ਨੀਚ ਸ਼ਬਦ ਬੋਲ ਸਕਦੇ ਆ, ਉਹਨਾਂ ਨੂੰ ਰਿਸ਼ਵਤ ਦੇ ਇਲਜ਼ਾਮ ਲਾ ਸਕਦੇ ਸਾਡੇ ਵਰਕਰਾਂ 'ਤੇ, ਸਾਨੂੰ ਦੋਨਾਂ ਨੂੰ ਜੋ ਮਰਜ਼ੀ ਕਹਿਣ, ਮੈਨੂੰ ਜੋ ਮਰਜ਼ੀ ਕਹਿਣ, ਸੋਮ ਪ੍ਰਕਾਸ਼ ਜੀ ਨੂੰ ਜੋ ਮਰਜ਼ੀ ਕਹਿਣ, ਅਸੀਂ ਅੱਜ ਤੱਕ ਨਹੀਂ ਬੋਲੇ, ਪਰ ਜੇ ਜਿਹੜਾ ਮੇਰੇ ਵਰਕਰਾਂ 'ਤੇ ਉਂਗਲੀ ਚੱਕੂਗਾ ਉਹ ਮੈਂ ਬਰਦਾਸ਼ਤ ਨਹੀਂ ਕਰੂੰਗੀ। ਇਹ ਮੈਂ ਵਿਰੋਧੀਆਂ ਨੂੰ ਦੱਸਦਾ, ਅੱਗੇ ਤੋਂ ਜਿਹੜੇ 2 ਦਿਨ ਰਹਿ ਗਏ ਆ ਉਹ ਸੋਚ ਸਮਝ ਕੇ ਬੋਲਣ, ਨਹੀਂ ਤਾਂ ਜੇ ਫਗਵਾੜਾ ਦੀਆਂ ਲੇਡੀਜ਼ ਸੜਕਾਂ 'ਤੇ ਆ ਗਈਆਂ ਤਾਂ ਇਹਨਾਂ ਨੂੰ ਪਹਿਲਾਂ ਹੀ ਭਾਜੜਾ ਪੈ ਜੂਗੀਆਂ, ਔਰ ਕਮਲ ਦਾ ਫੁੱਲ ਪਹਿਲਾਂ ਹੀ ਖਿਲ ਜਾਊਗਾ। ਸੋ ਮੈਂ ਅਪੀਲ ਕਰਦੀ ਹਾਂ ਸ਼ਹਿਰ ਨਗਰ ਦੇ ਵਿੱਚ, ਉਹਨਾਂ ਨੇ ਇੱਕ ਖੁਸ਼ਬੂ ਤਿਵਾੜੀ ਨੂੰ ਬੁਲਾਇਆ, ਬੜਾ ਵੱਡਾ ਇਕੱਠ ਹੋਇਆ, ਪਰ ਕੱਲ੍ਹ ਜਦੋਂ ਤੁਸੀਂ ਓਂਕਾਰ ਨਗਰ ਵਿੱਚ ਗਏ ਆ ਤਾਂ ਘਰ ਭਰ ਦੀ ਮਹਿਲਾਵਾਂ ਤੁਹਾਡੇ ਨਾਲ ਹੱਕ ਵਿੱਚ ਉਤਰ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ, ਕੀ ਲੱਗਦਾ ਓਂਕਾਰ ਨਗਰ ਦੇ ਵਿੱਚ ਉਹਨਾਂ ਨੂੰ ਕੋਈ ਤਾਕਤ ਮਿਲੇਗੀ ਕਿ ਭਾਜਪਾ ਵੱਲੋਂ ਜਿਹੜੀ ਬਰਕਰਾਰ ਰੱਖੀ ਜਾਵੇਗੀ? ਦੇਖੋ, ਓਂਕਾਰ ਨਗਰ 'ਚ ਪ੍ਰੋਗਰਾਮ ਅਸੀਂ ਵੀ ਕਰਾਉਂਦੇ ਹਾਂ, ਪਰ ਇੱਜ਼ਤ ਹੁੰਦੀ ਆ ਉੱਥੇ ਹਰ ਇਨਸਾਨ ਦੀ। ਇਹਨਾਂ ਨੇ ਕਿਹਾ ਜੀ ਅਸੀਂ ਆਪਣੀ ਗੱਲ ਰੱਖਣੀ ਆ, ਅਸੀਂ ਲੇਡੀ ਸਿੰਗਰ ਬੁਲਾਈ ਆ, ਲੇਡੀ ਸਿੰਗਰ ਦੀ ਵੀ ਇੱਜ਼ਤ ਹੈ, ਪਰ ਉੱਥੇ ਉਹਨਾਂ ਨੇ ਲੋਕਾਂ ਨੇ ਵਿਰੋਧ ਕੀਤਾ ਕਿ ਇੱਥੇ ਇਹਨਾਂ ਨੇ ਡਾਂਸਰ ਬੁਲਾਈਆਂ, ਉਹਨਾਂ ਲੇਡੀਜ਼ ਨੂੰ ਠੇਸ ਪਹੁੰਚੀ। ਔਰ ਗੱਲ ਕੀ ਰੱਖਣੀ ਸੀ ਕਿ 2 ਲੇਡੀਜ਼ ਨੂੰ ਅਨੀਤਾ ਸੋਮ ਪ੍ਰਕਾਸ਼ ਪੈਸੇ ਦਿੰਦੀ ਹੈ ਔਰ ਫਿਰ ਸਾਰੇ ਸ਼ਹਿਰ 'ਚ ਰੌਲੀ ਪਾਉਂਦੀ ਆ ਕਿ ਉਹਨਾਂ ਨੂੰ ਪੈਸੇ ਦਿੱਤੇ। ਇਹਨਾਂ ਨੇ ਆਪਣੇ ਨਾਲ ਇੱਦਾਂ ਦੇ ਕਾਂਗਰਸ ਪਾਰਟੀ 'ਚ ਬੰਦੇ ਰੱਖੇ ਹੋ ਆ ਜੋ ਅਪਸ਼ਬਦ ਬੋਲਣ ਲੇਡੀਜ਼ ਨੂੰ। ਇਹ
ਬੀਜੇਪੀ ਵਾਲੇ ਇਹ ਗੱਲ ਬਰਦਾਸ਼ਤ ਨਹੀਂ ਕਰੂਗੇ। ਪਰ ਕਾਂਗਰਸ ਨੇ ਅੱਜ ਖੰਡਨ ਕੀਤਾ, ਉਹ ਕਹਿੰਦੇ ਵੀ ਜਿਹੜਾ ਮੈਡਮ ਨੀਤਾ ਸੋਮ ਪ੍ਰਕਾਸ਼ ਨੂੰ ਉਸ ਆਗੂ ਨੇ ਗੱਲ ਕਹੀ ਆ, ਉਸ ਨਾਲ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ। ਇਹ ਸਾਰਾ ਕੁਛ ਉਹਨਾਂ ਦਾ ਹੀ ਲੈਣ ਦੇਣਾ, ਪਹਿਲਾਂ ਨਹੀਂ ਕਦੀ ਕੋਈ ਇੱਦਾਂ ਦੀ ਗੱਲ ਹੋਈ। ਇਹ ਉਹਨਾਂ ਦੇ ਹੀ ਮੰਤਰੀ ਸਟੇਜ 'ਤੇ ਬੈਠੇ ਉਂਗਲ ਲਾ ਕੇ ਜਾਂਦੇ ਆ ਵੀ ਬੋਲੋ, ਆਪ ਉੱਠ ਕੇ ਚੁੱਪ ਕਰਕੇ ਨਿਕਲ ਜਾਂਦੇ ਆ। ਉਹ ਵੱਡੇ ਲੀਡਰ ਹੈ, ਇੰਨੀ ਕੁ ਤਾਂ ਹਰ ਇਨਸਾਨ ਨੂੰ ਸਮਝ ਹੈ ਕਿ ਸਟੇਜ ਤੋਂ ਜਦੋਂ ਬੰਦਾ ਉੱਠ ਕੇ ਜਾਂਦਾ ਦੂਜੇ ਨੂੰ ਖੜਾ ਕਰਕੇ ਕਿ ਤੁਸੀਂ ਬੋਲੋ ਜੋ ਮਰਜ਼ੀ ਬੋਲੋ, ਕਿਉਂਕਿ ਉਹ ਮੇਰੀਆਂ ਭੈਣਾਂ ਨੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਨੇ ਇੱਕੋ ਹੀ ਸ਼ਬਦ ਕਿਹਾ ਸੀ ਕਿ ਨੀਤਾ ਸੋਮ ਪ੍ਰਕਾਸ਼ ਸਾਡੀ ਮਾਂ ਆ, ਅਸੀਂ ਉਹਨੂੰ ਮਾਂ ਦਾ ਦਰਜਾ ਦਿੱਤਾ ਆ, ਅਸੀਂ ਉਹਨਾਂ ਨੂੰ ਨਹੀਂ ਛੱਡ ਸਕਦੇ, ਉਹ ਕਿਉਂਕਿ ਉਹ ਵੀ ਇਮਾਨਦਾਰ ਹੈ ਸਾਡੇ ਵਾਂਗ। ਨਾ ਸਾਡੇ ਕੋਲ ਪੈਸਾ ਆ, ਨਾ ਅਸੀਂ ਵੰਡ ਸਕਦੇ ਹਾਂ, ਸਾਡੀ ਇਮਾਨਦਾਰੀ, ਸ਼ਹਿਰ ਦਾ ਵਿਕਾਸ, ਔਰਤਾਂ ਦੀ ਇੱਜ਼ਤ, ਔਰਤਾਂ ਦੀ ਰਖਵਾਲੀ, ਇਹ ਮੇਰਾ ਸਭ ਤੋਂ ਪਹਿਲਾਂ ਫਿਕਰ ਆ ਕਿ ਅਨੀਤਾ ਸੋਮ ਪ੍ਰਕਾਸ਼ ਮਹਿਲਾਵਾਂ ਨੂੰ ਲੈ ਕੇ ਕਿਤੇ ਤਖਤ ਨਾ ਪਲਟਣ। ਜਿਹੜੇ ਆਉਣ ਵਾਲੇ 2 ਦਿਨ ਆ, ਕਿਹੋ ਜਿਹੀ ਮਹਿਲਾਵਾਂ ਨਾਲ ਤੁਸੀਂ ਚੋਣ ਪ੍ਰਚਾਰ ਨੂੰ ਤੇਜ਼ੀ ਨਾਲ ਕਰਨ ਜਾ ਰਹੇ ਹੋ? ਦੇਖੋ, ਸਾਡੀ ਤਿਆਰੀ ਆ, ਅਸੀਂ ਕੱਲ੍ਹ SP ਆਫਿਸ ਕੰਪਲੇਂਟ ਵੀ ਕੀਤੀ ਆ ਔਰ ਉਹਨਾਂ ਨੂੰ ਕਹਿ ਕੇ ਵੀ ਆਏ ਹਾਂ ਕਿ ਕੱਲ੍ਹ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਸਾਰੀਆਂ ਔਰਤਾਂ ਸੜਕ 'ਤੇ ਹੋਊਗੀਆਂ, ਇਹ ਪ੍ਰਸ਼ਾਸਨ ਨੂੰ ਭਾਜਣਾ ਪਊਗੀਆਂ, ਉਹਨਾਂ ਨੂੰ ਸੰਭਾਲਣਾ ਔਖਾ ਹੋ ਜਾਊਗਾ ਜਦੋਂ ਸਾਡੀਆਂ ਮਹਿਲਾਵਾਂ ਸੜਕਾਂ 'ਤੇ ਉਤਰ ਆਈਆਂ। ਇਸ ਕਰਕੇ ਉਹਨਾਂ ਨੂੰ ਕਾਰਵਾਈ ਕਰਨੀ ਹੀ ਪੈਣੀ। ਕਿੰਨੇ ਵਜੇ ਤੱਕ ਅਡੀ ਕਰੋਗੇ ਪ੍ਰਸ਼ਾਸਨ ਦੀ ਕਾਰਵਾਈ ਤੱਕ? ਅਸੀਂ 11 ਜਾਂ 12 ਵਜੇ ਤੱਕ ਵੇਟ ਕਰਾਂਗੇ, ਉਸ ਤੋਂ ਬਾਅਦ ਸਾਡੀ ਰਣਨੀਤੀ ਤਿਆਰ ਹੈ, ਸਾਡੇ ਸੁਨੇਹੇ ਲੱਗਣੇ ਸ਼ੁਰੂ ਹੋ ਜਾਣੇ ਆ। ਅਸੀਂ ਇੱਕ ਵਾਰੀ ਅੱਜ ਫੋਨ ਕਰ ਦੇਣਾ ਅਤੇ ਇੱਕ ਵਾਰੀ ਕੱਲ੍ਹ ਕਰਨਾ ਆ ਜਦੋਂ ਅਸੀਂ ਉਹਨਾਂ ਨੂੰ ਬੁਲਾਉਣਾ ਆ। ਸੋ ਇਹ ਪ੍ਰਸ਼ਾਸਨ ਨੇ ਸੋਚਣਾ ਕਿ ਅਸੀਂ ਸ਼ਹਿਰ 'ਚ ਸ਼ਾਂਤੀ ਰੱਖਣੀ ਆ, ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸ਼ਹਿਰ ਦਾ। ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਸੋਮ ਪ੍ਰਕਾਸ਼ ਜੀ ਦੇ ਟਾਈਮ 'ਚ ਕਦੀ ਇੱਦਾਂ ਦੀਆਂ ਗੱਲਾਂ ਹੋਈਆਂ ਹੀ ਨਹੀਂ। ਇਲੈਕਸ਼ਨਾਂ ਪਹਿਲਾਂ ਵੀ ਲੜੀਆਂ ਗਈਆਂ, ਸਾਫ਼ ਸੁਥਰੀ ਇਲੈਕਸ਼ਨ ਹੁੰਦੀ ਆ। ਸਾਨੂੰ ਕਦੀ ਸੁਣਿਆ ਕਦੀ ਅਸੀਂ ਵਿਰੋਧੀਆਂ ਦੇ ਖਿਲਾਫ਼ ਬੋਲਦੇ ਹੋਈਏ? ਅਸੀਂ ਤਾਂ ਸਟੇਜ 'ਤੇ ਖੜ ਕੇ ਵੀ ਨਹੀਂ ਕਹਿਣਾ ਚਾਹੁੰਦੇ, ਅਸੀਂ ਆਪਣੀ ਗੱਲ ਰੱਖੀ ਦੀ, ਅਸੀਂ ਆਪਣੀ ਪਾਰਟੀ ਦੀ ਗੱਲ ਰੱਖਦੇ ਹਾਂ, ਆਪਣੇ ਵਿਕਾਸ ਦੀ ਗੱਲ ਰੱਖਦੇ ਹਾਂ, ਆਪਣੇ ਵਿਕਾਸ ਦੇ ਸਿਰ 'ਤੇ ਵੋਟਾਂ ਮੰਗਦੇ ਹਾਂ, ਅਸੀਂ ਕਿਸੇ ਦੂਸਰੇ ਦਾ ਨਾਂ ਨਹੀਂ ਲੈਂਦੇ। ਪਰ ਉਹ ਨਾਂ ਲੈ ਕੇ ਸਟੇਜ 'ਤੇ ਖੜ ਕੇ ਬਦਨਾਮ ਕਰਦੇ ਆ, ਉਹ ਗੱਲ ਬਰਦਾਸ਼ਤ ਨਹੀਂ ਹੋਊਗੀ। ਇਹ ਅਸੀਂ ਕੰਪਲੇਂਟ ਦਿਆਏ ਹਾਂ, ਜਿਨ੍ਹਾਂ 'ਤੇ ਦਿਆਏ ਹਾਂ ਇਹ ਪ੍ਰਸ਼ਾਸਨ ਨੇ ਦੇਖਣਾ ਕਿ ਅਸੀਂ ਉਹਨਾਂ 'ਤੇ ਕਾਰਵਾਈ ਕਿੱਦਾਂ ਕਰਨੀ। ਇਹ ਸਨ ਮੈਡਮ ਅਨੀਤਾ ਸੋਮ ਪ੍ਰਕਾਸ਼, ਜਿਨ੍ਹਾਂ ਨੇ ਬਹੁਤ ਵੱਡਾ ਐਲਾਨ ਕੀਤਾ ਵੀ ਜੇਕਰ ਕੱਲ੍ਹ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਗਵਾੜਾ ਦੀਆਂ ਮਹਿਲਾਵਾਂ ਸੜਕਾਂ ਦੇ ਉੱਪਰ ਉਤਰਨਗੀਆਂ ਅਤੇ ਬਹੁਤ ਵੱਡੇ ਪੱਧਰ 'ਤੇ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕਰਨਗੀਆਂ। ਇਹ ਤਾਂ ਹੁਣ ਦੇਖਾਂਗੇ ਕਿ ਕੀ ਕੱਲ੍ਹ ਤੱਕ ਪ੍ਰਸ਼ਾਸਨ ਕਿਹੋ ਜਿਹੀ ਕੋਈ ਕਾਰਵਾਈ ਕਰਦਾ, ਜਾਂ ਫਿਰ ਜਿਹੜੀਆਂ ਇੱਥੋਂ ਦੀਆਂ ਮਹਿਲਾਵਾਂ ਸੜਕਾਂ ਦੇ ਉਤਰਨਗੀਆਂ ਅਤੇ ਕਾਂਗਰਸ ਖਿਲਾਫ ਪ੍ਰਦਰਸ਼ਨ ਕਰਨਗੀਆਂ। ਕੈਮਰਾਮੈਨ ਗਗਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV ਫਗਵਾੜਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ TV ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।